ਗੁਰੂ ਸਾਹਿਬ ਨੂੰ ਹਥਿਆਰ ਬਣਾ ਕੇ ਭੇਟ ਕਰਨ ਵਾਲੇ ਕਿਰਤੀ ਸਿੱਖ ਕਿਉਂ ਬਣੇ ਤਰਸ ਦੇ ਪਾਤਰ? ਗਰੀਬੀ ਚ ਰਹਿਣਾ ਪ੍ਰਵਾਨ ਕਰ ਲਿਆ, ਪਰ ਲਾਲਚ ਦੇਣ ਤੇ ਵੀ ਨਾ ਤਿਆਗਿਆ ਧਰਮ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਚਾਰ ਜੰਗਾਂ ਲੜੀਆਂ ਤੇ ਜ਼ਾਲਮ ਹਕੂਮਤ ਨੂੰ ਲੋਹੇ ਦੇ ਚਣੇ ਚਬਾਏ। ਇਹਨਾਂ ਜਿੱਤਾਂ ਦਾ ਵੱਡਾ ਇੱਕ ਕਾਰਨ ਇਹ ਸ਼ਿਕਲੀਗਰ ਸਿੱਖ ਵੀ ਸੀ, ਜੋ ਬੇਸ਼ਕੀਮਤੀ ਤੇ ਨਵੇਕਲੇ ਹਥਿਆਰ ਨਿਰਸਵਾਰਥ ਗੁਰੂ ਸਾਹਿਬ ਨੂੰ ਭੇਟ ਕਰਦੇ ਸੀ। ਇਹਨਾਂ ਦਾ ਪਿਛੋਕੜ ਹੈ ਰਾਜਸਥਾਨ ਦਾ ਮੇਵਾੜ, ਜਿੱਥੇ ਇਹਨਾਂ ਨੇ ਆਪਣੇ ਪੁਰਖਿਆਂ ਕੋਲੋਂ ਜੰਗੀ ਹਥਿਆਰ ਬਣਾਉਣ ਦੀ ਟ੍ਰੇਨਿੰਗ ਲਈ। ਕੋਈ ਸਾਡੀ ਦਾਦ ਫਰਿਆਦ ਨਹੀਂ ਹੈ, ਗਰੀਬੀ ਦੇ ਹਾਲਾਤ ਵਿੱਚ ਰਹਿ ਰਹੇ ਹਾਂ ਅਤੇ ਸਾਡੇ ਉਸ ਤੋਂ ਬਾਅਦ ਅਸੀਂ ਲੋਹੇ ਦਾ ਕੰਮ ਕਰਦੇ ਸੀ, ਲੋਹੇ ਦੇ ਮਿਸਤਰੀ, ਅਤੇ ਲੋਹੇ ਦਾ ਕੰਮ ਨਾ ਹੋਣ ਕਰਕੇ ਹੁਣ ਕੋਈ ਹੋਰ ਕੰਮ ਅਲੱਗ ਅਲੱਗ ਕਰਦੇ ਹਨ। ਉਹ ਕਿੱਤੇ ਨੂੰ ਇਸ ਕਰਕੇ ਸਾਨੂੰ ਛੱਡਣਾ ਪੈ ਗਿਆ ਕਿਉਂਕਿ ਹੁਣ ਬਾਅਦ ਵਿੱਚ ਇਹਨਾਂ ਦੇ ਲਾਇਸੈਂਸ ਵਗੈਰਾ ਬਣਦੇ ਸੀਗੇ, ਇਹਨਾਂ ਤੋਂ ਬਾਅਦ ਹੁਣ ਲਾਇਸੈਂਸ ਤੋਂ ਬਿਨਾਂ ਕੋਈ ਹਥਿਆਰ ਬਣਾ ਨਹੀਂ ਸਕਦੇ ਜੀ। ਜਿਨ੍ਹਾਂ ਦੇ ਕੋਲ ਲਾਇਸੈਂਸ ਨੇ ਉਹ ਬਣਾ ਸਕਦੇ ਨੇ। ਹੁਣ ਉਸ ਤੋਂ ਬਾਅਦ ਫਿਰ ਗੌਰਮੈਂਟ ਦੀ ਸਖਤਾਈ ਹੋ ਗਈ ਸੀਗੀ। ਜੰਮੂ ਦੇ ਵਿੱਚ ਹੁਣ ਵੀ ਸਾਡੇ ਫੈਕਟਰੀਆਂ ਹੈਗੀਆਂ ਬੰਦਿਆਂ ਦੀਆਂ, ਅਤੇ ਤਲਵਾੜੇ ਰਾਜਸਥਾਨ ਦੇ ਵਿੱਚ ਉੱਥੇ ਵੀ ਰਾਜ ਬਣਾਉਂਦੇ ਹਨ, ਅਤੇ ਉੱਧਰ ਮਹਾਰਾਸ਼ਟਰਾ ਵੱਲ ਉੱਧਰ ਵੀ ਬਣਾਉਂਦੇ ਹਨ ਸਾਡੇ ਹਥਿਆਰ। ਇੰਨਾ ਮਹਾਨ ਅਤੇ ਵੱਡਾ ਕੰਮ ਕਰਨ ਵਾਲਾ ਸ਼ਿਕਲੀਗਰ ਭਾਈਚਾਰਾ ਅੱਜ ਤਰਸ ਦਾ ਪਾਤਰ ਬਣ ਚੁੱਕਾ ਹੈ। ਇੱਦਾਂ ਦੇ ਕੀ ਕਾਰਨ ਬਣੇ ਕਿ ਜੰਗੀ ਹਥਿਆਰ ਬਣਾਉਣ ਦਾ ਕਿੱਤਾ ਛੱਡ ਕੇ ਪਰਿਵਾਰ ਦਾ ਢਿੱਡ ਭਰਨ ਦੀ ਖਾਤਰ ਗਲੀ ਗਲੀ ਕੁਰਸੀਆਂ ਵੇਚਣ ਦਾ ਹੋਕਾ ਦੇਣਾ ਪੈਂਦਾ ਹੈ, ਸੜਕ ਦੇ ਕੰਢੇ ਜਿੰਦੇ ਤਾਲੇ ਕੁੰਜੀਆਂ ਬਣਾਉਣ ਦਾ ਕੰਮ ਕਰਨਾ ਪੈਂਦਾ ਹੈ। ਇੱਥੋਂ ਤੱਕ ਕਿ ਆਟੋ ਚਲਾ ਕੇ ਢੋਆ ਢੁਆਈ ਕਰਨ ਤੱਕ ਦੀ ਨੌਬਤ ਵੀ ਦਰਪੇਸ਼ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇੰਨੀ ਕਲਾ ਹੋਣ ਦੇ ਬਾਵਜੂਦ ਵੀ ਗੁਰਬਤ ਦੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਨੇ। ਸਾਡੇ ਜਿਹੜੇ ਸਿਕਲੀਗਰ ਸਮਾਜ ਦੇ ਪਰਿਵਾਰ ਹਨ, ਇਹ ਬਹੁਤ ਹੀ ਗਰੀਬੀ ਹਾਲਾਤ ਵਿੱਚ ਬਸਰ ਕਰ ਰਹੇ ਹਨ। ਰਹਿਣ ਵਾਸਤੇ ਜਗ੍ਹਾ ਵੀ ਨਹੀਂ ਹੈ, ਪਾਣੀ ਉਣੀ ਅਤੇ ਸਕੂਲ ਦਾ ਪ੍ਰਬੰਧ ਗੁਰਬਾਣੀ ਤੋਂ ਵੀ ਬਹੁਤ ਦੂਰ ਹੁੰਦੇ ਜਾ ਰਹੇ ਹਨ। ਅਤੇ ਸਾਰੇ ਸਿੱਖ ਸਮਾਜ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਨੂੰ ਗੁਰਬਾਣੀ ਦੇ ਨਾਲ ਜੋੜਿਆ ਜਾਵੇ ਅਤੇ ਸਾਡੀ ਵੀ ਸਾਰ ਲਈ ਜਾਵੇ, ਕਿਉਂਕਿ ਅਸੀਂ ਵੀ ਗੁਰੂ ਦੇ ਸਿੱਖ ਹਾਂ ਅਤੇ ਅਸੀਂ ਗੁਰੂ ਦੀ ਗੋਲਕ ਕਹਿ ਕੇ ਗੁਰੂ ਜੀ ਨੇ ਕਿਹਾ ਸੀ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਹੈ। ਇਸ ਲਈ ਸਾਰੇ ਸਿੱਖ ਸਮਾਜ ਨੂੰ ਬੇਨਤੀ ਹੈ ਕਿ ਸਿਕਲੀਗਰ ਵੀਰਾਂ ਵੱਲ ਵੀ ਧਿਆਨ ਦਿੱਤਾ ਜਾਵੇ ਅਤੇ ਇਹਨਾਂ ਨੂੰ ਵੀ ਉੱਚੇ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇ ਜੀ। ਇਹਨਾਂ ਵੱਲ ਤਾਂ ਉਂਡ ਵੀ ਕਿਸੇ ਨੇ ਦੇਖਿਆ ਹੀ ਨਹੀਂ। ਜੁਝਾਰ ਨਗਰ ਮੋਹਾਲੀ ਦੇ ਕੂੜੇਦਾਨ ਵਿੱਚ ਤਕਰੀਬਨ 200 ਦੇ ਕਰੀਬ ਪਰਿਵਾਰ ਗੁਰਬਤ ਭਰੀ ਜ਼ਿੰਦਗੀ ਦੇ ਦਿਨ ਤੇ ਰਾਤਾਂ ਨੂੰ ਬਸਰ ਕਰਨ ਲਈ ਮਜਬੂਰ ਹੈ। ਅੱਜ ਦੀ ਝਮੇਲਾਕਾਰੀ ਦੁਨੀਆਂ ਦੇ ਵਿੱਚ ਹਰ ਬੰਦਾ ਸੁੱਖ ਭਾਲਦਾ ਏ, ਵਿਗੜੇ ਰਾਹਾਂ ਦਾ ਕੋਈ ਵਿਰਲਾ ਹੀ ਪਾਂਧੀ ਬਣਦਾ ਏ। ਬਹੁਤੇ ਤਾਂ ਔਖਿਆਈ ਤੋਂ ਟਲਦਿਆਂ ਰਾਹ ਹੀ ਬਦਲ ਜਾਂਦੇ ਨੇ, ਪਰ ਇਹਨਾਂ ਸਿਰੜੀ ਲੋਕਾਂ ਦਾ ਸਿਰੜ ਵੀ ਕਮਾਲ ਦਾ ਏ। ਤਾਂ ਜਿਹੜੇ ਗੁਰੂਆਂ ਨੇ ਸਾਡੇ ਸਿੱਖੀ ਦਿੱਤੀ ਆ, ਵਿਚਾਰਿਆਂ ਨੇ ਕੁਰਬਾਨੀ ਦਿੱਤੀਆਂ, ਉਹ ਵੀ ਇੱਦਾਂ ਸੋਚਣ ਲੱਗ ਜਾਂਦੇ ਤਦ ਤੱਕ ਦੇਸ਼ ਆਜ਼ਾਦ ਨਹੀਂ ਹੋਣਾ ਤਾ ਜੀ। ਪਿੰਡ ਮਾ ਸਾਰੇ ਮੁਸਲਮਾਨ ਹੀ ਹੋਣੇ ਤੇ, ਹਾਂਜੀ, ਕੋਈ ਪੰਡਿਤ ਨਹੀਂ ਆਉਣਾ ਤਾ, ਕੋਈ ਸਿੱਖ ਨਹੀਂ ਆਉਣਾ ਤਾ, ਠੀਕ ਜੀ।
ਇਹ ਜਿਹੜੇ ਸਾਡੇ ਸਿੱਖ ਜਿਹੜੇ ਪਿੱਛੇ ਦੇ ਜਿਹੜੇ ਚੱਲਦੇ ਆ ਰਹੇ ਉਹਨਾਂ ਨੇ ਕੁਰਬਾਨੀ ਦਿੱਤੀਆਂ ਤਾਂ ਹੀ ਇਹ ਧਰਮ ਬਚਿਆ ਆ, ਨਹੀਂ ਤਾਂ ਸਿੱਖੀ ਬਚਣੀ ਕਿੱਥੇ ਸੀ। ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਹੈਗੇ ਵਾਲ ਕਟਾ ਕੇ ਠੀਕ ਆ ਜੀ ਜਲ ਜੁਲ ਲਾ ਕੇ ਦੁਨੀਆਂ ਵਿੱਚ ਘੁੰਮ ਰਹੇ, ਜਿਹੜੇ ਹੁਣ ਵਿਚਾਰੇ ਪੁਰਾਣੇ ਜਿਹੜੇ ਸਿੱਖ ਹੈਗੇ ਉਹ ਉੱਦਾਂ ਹੀ ਬੈਠੇ ਜੀ ਜਿੱਦਾਂ ਬੈਠੇ। ਹਾਂਜੀ ਇਹਨਾਂ ਦਾ ਕੋਈ ਵਿਚਾਰਿਆਂ ਦਾ ਸੋਚਦੇ ਨਹੀਂ ਜੀ, ਆਪਣੇ ਆਉਂਦੇ ਨੇ, ਕੋਈ ਇਹ ਮਿਸ਼ਨ ਵਾਲਾ ਆਉਂਦਾ ਜੀ ਅਸੀਂ ਉਹ ਕਰ ਦੇਵਾਂਗੇ ਉਹ ਕਰ ਦੇਵਾਂਗੇ, ਬਸ ਆ ਕੇ ਗੱਲਾਂ ਕਰਕੇ ਮੁੜ ਕੇ ਨਹੀਂ ਆਉਂਦੇ ਜੀ ਕਦੀ। ਸ਼ਿਕਲੀਗਰ ਭਾਈਚਾਰੇ ਦੀ ਨਗੀਨਾ ਕੌਰ ਦੀ ਜ਼ਿੰਦਗੀ ਦੀ ਕਹਾਣੀ ਬਹੁਤ ਹੀ ਵੱਖਰੀ ਹੈ। ਚਾਵਾਂ ਅਤੇ ਸਦਰਾਂ 'ਤੇ ਉਸ ਵੇਲੇ ਜਮ੍ਹਾਂ ਪਾਣੀ ਫਿਰ ਗਿਆ ਜਦੋਂ ਸਿਰ ਦਾ ਸੁਹਾਗ ਰੰਗੀ ਵਸ ਦੇ ਪੁੱਤ ਧੀ ਅਤੇ ਨਗੀਨਾ ਕੌਰ ਨੂੰ ਛੱਡ ਕੇ ਸਦਾ ਦੀ ਨੀਂਦ ਸੌਂ ਗਿਆ। ਉਹ ਤਾਂ ਇਹਨਾਂ ਦੇ ਛੋਟੇ ਛੋਟੇ ਜਿਹੇ ਬਚਪਨ 'ਤੇ ਹੀ ਮਰ ਗਏ ਸੀ, ਸਾਲ ਦਾ ਮੁੰਡਾ ਸੀ ਨਾ, ਉਹਦੇ ਬਾਅਦ ਕੁੜੀ ਹੋਈ ਸੀ 6 ਕੁ ਮਹੀਨੇ ਦੀ ਜਦ ਮਰ ਗਏ ਸੀ। ਉਸ ਟਾਈਮ 50 ਰੁਪਏ ਦਿਹਾੜੀ ਹੁੰਦੀ ਸੀ ਜਦ ਜਾਂਦੇ ਸੀ ਅਸੀਂ ਖੇਤਾਂ 'ਚ ਆਲੂ ਭਰਨੇ ਜਾਂਦੇ ਸੀ, ਉਹ ਵੀ ਰਾਤ ਨੂੰ 7-8 ਵਜੇ ਵਾਪਸ ਆਉਂਦੇ ਸੀ ਮੁੜ ਕੇ। ਬੱਚਿਆਂ ਦੀ ਪਰਵਰਿਸ਼ ਵੀ ਨਹੀਂ, ਸਕੂਲ ਵੀ ਨਹੀਂ ਪੜ੍ਹਾ ਸਕੇ ਬੱਚਿਆਂ ਨੂੰ। ਹਾਂਜੀ ਬਹੁਤ ਔਖਾ ਗੁਜ਼ਾਰਾ, ਅੱਜ ਵੀ ਉਨਾ ਹੀ ਟਾਈਮ ਹੈਗਾ ਉਸੇ ਟਾਈਮ ਗੁਜ਼ਾਰਾ ਕਰ ਰਹੇ ਜਿਸ ਤਰ੍ਹਾਂ ਪਹਿਲੇ ਹੋ ਰਿਹਾ ਸੀ ਇਸ ਤਰ੍ਹਾਂ ਹੀ ਹੋ ਰਿਹਾ। ਖੈਰ ਸਹੁਰਿਆਂ ਵਿੱਚ ਤਾਂ ਕੋਈ ਰਿਹਾ ਹੀ ਨਹੀਂ। ਪਤੀ ਦੇ ਸਾਥ ਛੱਡ ਜਾਣ ਤੋਂ ਬਾਅਦ ਨਗੀਨਾ ਦੇ ਦਿਨ ਬਦਲੇ ਨਹੀਂ, ਸਗੋਂ ਦੁੱਖ ਅਤੇ ਗੁਰਬਤ ਦੇ ਨਾਲ ਫਿਰ ਤੋਂ ਭਰ ਗਏ ਨੇ। 60 ਸਾਲ ਦੀ ਉਮਰ ਹੋ ਗਈ, ਕੋਈ ਨਹੀਂ ਸਾਡੇ ਇੰਨੇ ਆਉਂਦੇ ਹੈਗੇ, ਦੇਖ ਕੇ ਮੂਵੀ ਬਣਾ ਲਏ ਜਾਂਦੇ, ਸਾਰਾ ਕੁਛ ਕਰ ਲਏ ਜਾਂਦੇ, ਪਰ ਸਾਡੇ ਵਾਸਤੇ ਕੋਈ ਨਹੀਂ ਕਰਦਾ ਵੀ, ਹਾਲੇ ਸਾਡੇ ਕੋਈ ਨਹੀਂ ਕਰਦਾ ਹੈਗਾ। ਹੁਣ ਜਿੱਦਾਂ ਵੋਟਾਂ ਆ ਗਈਆਂ ਉਸ ਟਾਈਮ ਵੋਟਾਂ ਦੇ ਪਹਿਲੇ ਸਾਰੇ ਆਉਂਗੇ, ਮੈਨੂੰ ਵੋਟ ਪਾ ਦਿਓ ਜੀ, ਤੁਹਾਨੂੰ ਪਲਾਟ ਦਊਂਗੇ, ਤੁਹਾਨੂੰ ਜਗ੍ਹਾ ਦਊਂਗੇ, ਤੁਹਾਡੇ ਇਹ ਕਰੂੰਗਾ, ਕੁਛ ਨਹੀਂ ਕਰਦੇ ਸਾਡੇ ਵਾਸਤੇ। ਬੰਦੇ 'ਤੇ ਸਭ ਤੋਂ ਵੱਡਾ ਦੁੱਖ ਤਾਂ ਔਲਾਦ ਦਾ ਹੁੰਦਾ ਏ। ਨਗੀਨਾ ਕੌਰ ਦਾ ਤਾਂ ਇਕਲੌਤਾ ਪੁੱਤ ਜਮਾਂਦਰੂ ਹੀ ਅਪਾਜ ਹੈ, ਕੋਈ ਕੰਮ ਕਾਜ ਵੀ ਨਹੀਂ ਕਰ ਸਕਦਾ। ਬਸ ਪੇਟ ਦੀ ਪੂਰਤੀ ਲਈ ਨਗੀਨਾ ਨੂੰ ਹੀ ਜ਼ਿਮੀਂਦਾਰਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਕੇ ਮਿਹਨਤਾਨੇ ਦੇ ਨਾਲ ਆਪਣਾ ਗੁਜ਼ਾਰਾ ਕਰਨਾ ਪੈਂਦਾ ਏ। ਇਹ ਬੱਚੇ ਆਪ ਹੀ ਮਤਲਬ ਪਾਲੇ ਹੈਗੇ, ਬਾਕੀ ਹੁਣ ਵੀ ਦਿਹਾੜੀ 'ਤੇ ਜਾਂਦੀ ਹੈਗੀ, ਹੁਣ ਵੀ ਮਤਲਬ ਸਵੇਰੇ ਜਾਂਦੇ, ਸ਼ਾਮ 6-7 ਵਜੇ ਵਾਪਸ ਆਉਂਦੇ, ਫਿਰ ਰੋਟੀ ਪਾਣੀ ਆ ਕੇ ਆਪ ਹੀ ਕਰਦੇ ਹੈਗੇ, ਬਾਕੀ ਜਗ੍ਹਾ ਜ਼ਮੀਨ ਤਾਂ ਹੈ ਨਹੀਂ, ਸ਼ਾਮ ਲਾਟੀ 'ਚ ਬੈਠੇ ਹੈ ਜੀ। ਸਾਨੂੰ ਜਗ੍ਹਾ ਦੀ ਬਹੁਤ ਔਖੀ ਹੈ ਜੀ, ਵੀ ਸਾਡੇ ਕੋਲ ਉੱਥੇ ਤੋਂ ਲੈ ਕੇ ਉਰੇ ਤੱਕ ਕਿਸੇ ਕੋਲ ਜਗ੍ਹਾ ਨਹੀਂ ਹੈਗੀ, ਸ਼ਾਮ ਲਾਟੀ 'ਚ ਸਾਰੇ ਬੈਠੇ ਵਿਚਾਰੇ, ਬੜਾ ਔਖਾ ਹੀ ਗੁਜ਼ਾਰਾ ਕਰ ਰਹੇ, ਕਦੇ ਛੱਤ ਢਹਿ ਜਾਂਦੀ, ਕਦੇ ਉਹਨੂੰ ਲਾ ਲੈਂਦੇ ਜੀ ਚਾਦਰਾਂ ਲੋਹੇ ਦੀ ਪਾਈ ਜਾਈਏ, ਕਈ ਵਾਰ ਹਵਾ 'ਚ ਆ ਕੇ ਉੱਡ ਜਾਂਦੀ ਤਾਂ ਬੱਚੇ ਵੀ ਬਹੁਤ ਤੰਗ ਹੁੰਦੇ ਜੀ, ਰੋਟੀ 'ਤੇ ਵੀ ਕਦੇ ਕਦੇ ਤਾਂ ਇੱਦਾਂ ਹੀ ਸੋ ਜਾਂਦੇ ਜੀ। ਇਹ ਹੈ ਸ਼ਿਕਲੀਗਰ ਸਿੱਖ ਭਾਈਚਾਰੇ ਦੀ ਮੀਨਾ ਕੌਰ, ਜਿਸ ਦੇ 4 ਬੱਚੇ ਅਤੇ 2 ਜੀ ਆਪ ਨੇ, ਪਰ ਇਹਨਾਂ 6 ਜਣਿਆਂ ਨੂੰ ਗਰੀਬੀ ਦੇ ਸਤਾਇਆਂ ਇੱਕ ਹੀ ਕਮਰੇ ਦੇ ਵਿੱਚ ਗੁਜ਼ਾਰਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਹੀ ਬਸ ਇਹ ਕੁਰਸੀਆਂ ਉਰਸੀਆਂ ਲੈ ਜਾਂਦੇ ਜੀ ਵੇਚਣੇ ਨੂੰ, ਗੁਜ਼ਾਰਾ ਤਾਂ ਮੁਸ਼ਕਲ ਹੀ ਚੱਲ ਰਿਹਾ ਜੀ, ਬਸ ਕਦੇ ਵਿਕ ਜਾਂਦੀਆਂ ਤਾਂ ਖਰਚਾ ਹੋ ਜਾਂਦਾ, ਜਿੰਨਾ ਹੁੰਦਾ ਉਹਨਾਂ ਘਰ ਵਿੱਚ ਖਾ ਕੇ ਸੋ ਜਾਂਦੇ, ਨਹੀਂ ਹੁੰਦਾ ਤਾਂ ਕਦੇ ਇੱਦਾਂ ਵੀ ਟਾਈਮ ਨਿਕਲ ਜਾਂਦਾ। ਬੱਚੇ 4 ਹੈਗੇ ਜੀ ਮੇਰੇ, ਆਉਂਦਾ ਤਾਂ ਹੈ ਨਹੀਂ, ਮਜਬੂਰੀ ਵਿੱਚ ਕਰਨਾ ਪੈਂਦਾ, ਮਜਬੂਰੀ ਸਾਰਾ ਕੰਮ ਕਰਾਉਂਦੀ ਹੈ ਜੀ। ਅਸੀਂ ਹੈਗੇ ਇੱਥੇ 40 ਪਰਿਵਾਰ ਤਾਂ ਹੈਗੇ ਘਰ ਹੈਗੇ, ਪੜ੍ਹਾਈ ਜੀ ਅੱਗੇ ਪੈਸਿਆਂ ਨਾਲ ਹੀ ਸਾਰਾ ਕੁਛ ਹੁੰਦਾ, ਪੈਸੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹਾਂ, ਜੋ ਥੋੜ੍ਹੇ ਬਹੁਤੇ ਮਿਲਦੇ ਖਰਚਾ ਹੋ ਜਾਂਦਾ, ਕੋਈ ਪੁਰਾਣਾ ਸਮਾਨ ਦੇ ਦਿੰਦੇ ਕੋਈ ਤਾਂ ਉਹ ਹੀ ਰੱਖ ਲੈਂਦੇ ਘਰ ਵਿੱਚ, ਆਪਣੀ ਗੁੰਜਾਇਸ਼ ਤਾਂ ਹੁੰਦੀ ਨਹੀਂ ਲੈਣੇ ਦੀ ਸਾਡੇ ਕੋਲ।
ਸਭ ਤੋਂ ਵੱਡੀ ਧੀ ਹਾਲਾਤਾਂ ਦੇ ਨਾਲ ਲੜਤਾ ਰਹੀ ਹੈ, ਪਰ ਇੱਛਾ ਵੀ ਇਹ ਹੈ ਕਿ ਗਰੀਬੀ ਨੂੰ ਮਾਂ ਬਾਪ ਤੋਂ ਦੂਰ ਕਰਕੇ ਸੁੱਖ ਦੇ ਦਿਨ ਦਿਖਾਉਣੇ ਨੇ। ਇਸ ਬੱਚੀ ਨੂੰ ਸਕੂਲੀ ਵਿਦਿਆ ਲਈ ਘਰ ਤੋਂ 3 ਮੀਲ ਦੂਰ ਬਹਿਲੋਲਪੁਰ ਦੇ ਸਰਕਾਰੀ ਸਕੂਲ ਵਿੱਚ ਪੈਦਲ ਹੀ ਜਾਣਾ ਪੈਂਦਾ ਹੈ। ਜੀ ਟੀਚਰ ਜੀ, ਕਾਪੀਆਂ ਬੁੱਕਾਂ ਦੀ ਅਤੇ ਜੀ ਹੋਰ ਵੀ ਕੋਈ ਜੀ, ਬਲੋਲਪੁਰ ਜਾਣਾ ਪੈਂਦਾ ਜੀ, ਜੇ 4-5 ਕਿਲੋਮੀਟਰ ਪੈਦਲ ਹੀ ਜਾਂਦੇ, ਕਦੇ ਹੁੰਦਾ ਤਾਂ ਸਾਧਨ 'ਤੇ ਉੱਥੇ ਚੱਲ ਜਾਂਦੇ, ਕਦੇ ਪੈਦਲ, ਅਤੇ ਪੜ੍ਹਾਈ ਵੀ ਤਾਂ ਕਰਨੀ ਜ਼ਰੂਰੀ ਹੈ। ਫਿਰ ਜਿੱਦਾਂ ਅਸੀਂ ਪੜ੍ਹਦੇ ਸੀ, ਹੁਣ ਸਾਰੇ ਬੱਚਿਆਂ ਨੂੰ ਪੜ੍ਹਾ। ਇਹਨਾਂ ਮਿਹਨਤਕਸ਼ ਲੋਕਾਂ ਨੂੰ ਕਿਸੇ 'ਤੇ ਕੋਈ ਉਜ਼ਰ ਨਹੀਂ, ਬਸ ਮੁਖੀ ਲੋਕਾਂ ਵੱਲੋਂ ਮਦਦ ਕਰਨ ਦਾ ਦਿੱਤਾ ਭਰੋਸਾ ਸਮੇਂ ਸਮੇਂ 'ਤੇ ਤੰਗ ਕਰਦਾ ਏ।